ਤੇ ਬਾਦਲ ਸਾਹਿਬ ਜਿਹੜੇ ਸੀ ਉਹ ਵਿਰੋਧੀਆਂ ਨੂੰ ਵੀ ਕਹਿੰਦੇ ਹੁੰਦੇ ਸੀ ਵੀ ਆ ਜਾਓ ਬਈ ਜਾਂਦਿਆਂ ਨੂੰ ਬੈਠੇ ਹੁੰਦੇ ਸੀ ਕੁਰਸੀ ਤੇ ਚਾਹੇ ਕੋਈ ਕੋਲ ਬੈਠਾ ਤੇ ਚਾਹੇ ਨਹੀਂ ਬੈਠਾ ਡੀਕ ਦੇ ਲੀਡਰਾਂ ਦੇ ਪੋਤੇ ਵੇਖ ਲਓ ਤੁਸੀਂ ਸਹੀ ਆ ਵਿਗੜੇ ਹੁੰਦੇ ਤਗੜੀ ਸਾਡੇ ਪਿੰਡ ਚਿੱਟਾ ਵੇਖਦਾ ਵਾ ਤੇ ਇੱਥੇ ਪੁਲਿਸ ਫੜ ਤੁਹਾਡਾ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਮੁਲਾਕਾਤ ਤੁਹਾਡੀ ਕਰਵਾਉਂਦੇ ਹਾਂ ਅੱਜ ਅਸੀਂ ਪਿੰਡ ਸੱਜਣਵਾਲ ਵਿਖੇ ਪਹੁੰਚੇ ਹਾਂ ਜੋ ਕਿ ਸਰਪੰਚ ਸਾਹਿਬ ਸੁਖਵਿੰਦਰ ਸਿੰਘ ਜੀ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਦਾ ਯਤਨ ਕਰਾਂਗੇ ਭਾਈ ਸਾਹਿਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਮਹਾਰਾਜ ਇਸੇ ਤਰ੍ਹਾਂ ਤੁਹਾਨੂੰ ਚੜ੍ਹਦੀਆਂ ਕਲਾ ਰੱਖੇ ਸੰਗਤਾਂ ਦੇ ਦਰਸ਼ਨ ਦਿਦਾਰ ਕਰਦੇ ਰਹਿਣ ਵਾਹਿਗੁਰੂ ਸਰਪੰਚ ਸਾਹਿਬ ਕਿੰਨਾ ਸਮਾਂ ਸਰਪੰਚ ਕੀਤੀ ਆ ਜੀ ਸਰਪੰਚ ਜਦੋਂ ਸਾਡਾ ਟਾਈਮ ਸੀ ਲੇਡੀਜ ਸੀ ਅੱਛਾ ਮੇਰੇ ਘਰੋਂ ਸੀ ਸਰਪੰਚ ਕੁਲਵਿੰਦਰ ਕੌਰ ਅੱਛਾ ਜੀ ਤੇ 5 ਸਾਲ ਕੀਤੀ ਅਕਾਲੀ ਸਰਕਾਰ ਨਾਲ ਜੁੜਿਆ ਨੂੰ ਕਿੰਨਾ ਸਮਾਂ ਹੋ ਗਿਆ ਅਕਾਲੀ ਦਲ ਸਰਕਾਰ ਨਾਲ ਜੁੜਿਆ ਨੂੰ ਤੇ ਜੀ ਜਦੋਂ ਉਦੋਂ ਮੇਰੀ ਵੋਟ ਵੀ ਨਹੀਂ ਸੀ ਬਣੀ ਅੱਛਾ ਜਦੋਂ ਦੇ ਅਕਾਲੀ ਦਲ ਸਰਕਾਰ ਨਾਲ ਜੁੜੇ ਪਹਿਲਾਂ ਪਿਤਾ ਜੀ ਹੋਣ ਪਹਿਲਾਂ ਮੇਰੇ ਚਾਚਾ ਜੀ ਹੀ ਬਲਜਿੰਦਰ ਸਿੰਘ ਉਹਨਾਂ ਦੀ ਹੁਣ ਡੈਥ ਹੋ ਗਈ ਆ ਅੱਛਾ ਜੀ ਉਹਨਾਂ ਦੇ ਨਾਲ ਇਦਾਂ ਜਾਂਦੇ ਆਉਂਦੇ ਰਹਿਣਾ ਤੋਂ ਤੂੰ ਫਿਰ ਪਾਕ ਪਵਿੱਤਰ ਹੋ ਅਕਾਲੀ ਸਰਕਾਰ ਨਾਲ ਜੁੜਿਆ ਨੂੰ ਤੁਹਾਨੂੰ ਕਾਫੀ ਸਮਾਂ ਹੋ ਗਿਆ ਫਿਰ ਤੁਸੀਂ ਕਈ ਸਰਕਾਰਾਂ ਦੇਖੀਆਂ ਹੋਣਗੀਆਂ ਕਾਂਗਰਸ ਵੀ ਦੇਖੀ ਅਕਾਲੀ ਵੀ ਦੇਖੇ ਹਨਾ ਹੁਣ ਆਮ ਪਾਰਟੀ ਦੀ ਸਰਕਾਰ ਵੀ ਆ ਕਾਂਗਰਸ ਅਕਾਲੀ ਸਰਕਾਰ ਤੇ ਆਮ ਪਾਰਟੀ ਦੇ ਵਿੱਚ ਕਿੰਨਾ ਕੁ ਫਰਕ ਸਮਝਦੇ ਹੋ ਉਹਨਾਂ ਦੇ ਕੰਮ ਕਾਰ ਵਿੱਚ ਤੇ ਇਹਨਾਂ ਦੇ ਕੰਮ ਕਾਰ ਵਿੱਚ ਆਮ ਪਾਰਟੀ ਦੇ ਕੋਲ ਤਾਂ ਗੱਲਾਂ ਹੀ ਆ ਜੀ ਅੱਛਾ ਹੁਣ ਬਾਦਲ ਸਾਹਿਬ ਵਿਧਾਨ ਸਭਾ ਦੇ ਵਿੱਚ ਹੱਲੇ ਵੀ ਉਹਨਾਂ ਦੀਆਂ ਵੀਡੀਓ ਕਿਸੇ ਮੌਕੇ ਨੈਟ ਤੇ ਆਉਂਦੀਆਂ ਤੇ ਵਿਰੋਧੀਆਂ ਨੂੰ ਵੀ ਕਹਿੰਦੇ ਹੁੰਦੇ ਆ ਵੀ ਤੁਸੀਂ ਮੇਰੇ ਘਰੇ ਆ ਜਾਓ ਕੋਈ ਨੀ ਜੇ ਕੋਈ ਧਰਨਾ ਵੀ ਚਲੋ ਪਬਲਿਕ ਦਾ ਫਰਜ਼ ਹੁੰਦਾ ਵੀ ਧਰਨਾ ਲਾਉਣਾ ਕਿਸਾਨ ਜਥੇਬੰਦੀਆਂ ਦਾ ਵੀ ਫਰਜ਼ ਆ ਵੀ ਧਰਨਾ ਲਾਉਣਾ ਵਿਰੋਧੀ ਧਿਰ ਕਾਮਯਾਬ ਹੋਊਗੀ ਤੇ ਸਰਕਾਰ ਨੂੰ ਥੋੜੀ ਜਿਹੀ ਤਾੜਨਾ ਰਹਿੰਦੀ ਆ ਵੀ ਅਸੀਂ ਕੰਮ ਗਲਤ ਕਰਦੇ ਨੁਕਸ ਕੱਢਣ ਵਾਲੇ ਨੇ ਨੁਕਸ ਕੱਢਣਾ ਆਪ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਹੁਣ ਮਿਰਚ ਕੀ ਨੁਕਸ ਆ ਬਿਲਕੁਲ ਦੂਜੇ ਬੰਦੇ ਨੇ ਦੱਸਣਾ ਵੀ ਤੇਰੇ ਚਾਹ ਨੁਕਸ ਆ ਸਹੀ ਗੱਲ ਆ ਜੇ ਉਹ ਉੱਤੇ ਗੁੱਸਾ ਕਰੀਏ ਵੀ ਤੂੰ ਮੈਨੂੰ ਗਲਤ ਦੱਸਦਾ ਉਹ ਮਾੜੀ ਗੱਲ ਆਪਣੇ ਆਪ ਨੂੰ ਵਿਚਾਰੋ ਵੀ ਇਹ ਨੁਕਸ ਕੱਢਦਾ ਕਿਤੇ ਸਹੀ ਤਾਂ ਨਹੀਂ ਕੱਢਦਾ ਵੈਰੀ ਗੁੱਡ ਤੇ ਬਾਦਲ ਸਾਹਿਬ ਜਿਹੜੇ ਸੀ ਉਹ ਵਿਰੋਧੀਆਂ ਨੂੰ ਵੀ ਕਹਿੰਦੇ ਹੁੰਦੇ ਸੀ ਵੀ ਆ ਜਾਓ ਬਈ ਜੇ ਧਰਨਾ ਵੀ ਲਾਉਣਾ ਵਾ ਤੇ ਬਾਹਰ ਆਣ ਕੇ ਉਹਨਾਂ ਦੇ ਵਿੱਚ ਚੱਲ ਜਾਣਾ ਦੱਸੋ ਭਰਾਵੋ ਕੀ ਗੱਲ ਆਪਾਂ ਜਿੱਦਾਂ ਮਸਲਾ ਹੁੰਦਾ ਉਦਾਂ ਕਰ ਲੈਂਦੇ ਹਾਂ ਇਹ ਡਾਂਗਾ ਵਰਾਉਂਦੇ ਅੱਛਾ ਇੰਨਾ ਕੁ ਫਰਕ ਹੈ ਕੰਮਾਂ ਕਾਰਾਂ ਦੇ ਵਿੱਚ ਜਿਹੜੇ ਆਮ ਲੋਕਾਂ ਨੂੰ ਕੋਈ ਰਾਹਤ ਮਿਲੀ ਹੈ ਤੁਹਾਨੂੰ ਕਿੱਦਾਂ ਲੱਗਦਾ ਆਮ ਲੋਕਾਂ ਨੇ ਸਰਕਾਰ ਬਣਾਈ ਸੀ ਤਬਦੀਲੀ ਵਾਸਤੇ ਬਦਲਾਓ ਵਾਸਤੇ ਕਿ ਸਾਨੂੰ ਕੋਈ ਸੁੱਖ ਹੋਊਗਾ ਕਿਉਂਕਿ ਪਹਿਲੀਆਂ ਸਰਕਾਰਾਂ ਤੋਂ ਲੋਕ ਥੱਕ ਚੁੱਕੇ ਸੀ ਕੁਝ ਅੱਕ ਚੁੱਕੇ ਸੀਗੇ ਲੱਗਦਾ ਕੁਝ ਇਹਨਾਂ ਨੇ ਕੋਈ 2 ਸਾਲਾਂ ਦੇ ਵਿੱਚ ਵੇਖੋ ਜੀ 2 ਸਾਲਾਂ ਦੇ ਵਿੱਚ ਮੈਨੂੰ ਤਾਂ ਮੈਦ ਨਹੀਂ ਵੀ ਸਾਡੇ ਲਾਗੇ ਜਿੰਨੇ ਵੀ ਪਿੰਡ ਆ ਕਿਸੇ ਪਿੰਡ ਨੂੰ ਰੁਪਈਆ ਵੀ ਗ੍ਰਾਂਟ ਦਾ ਦਿੱਤਾ ਹੋਵੇ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਸਰਕਾਰ ਸੀ ਪਹਿਲਾਂ ਪੁੱਛਦੇ ਸੀ ਵੀ ਡੇਰਿਆਂ ਨੂੰ ਰਸਤਾ ਕਿਹਦਾ ਕੱਚਾ ਜਿੰਨੇ ਵੀ ਡੇਰਿਆਂ ਦੇ ਉੱਤੇ ਪਿੰਡਾਂ ਦੇ ਵਿੱਚ ਤੁਸੀਂ ਚੱਲ ਜਾਓ ਟਾਹਣੀਆਂ ਚ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਦੇ 5-5 ਕਿਲੋਮੀਟਰ ਦੀਆਂ ਇੱਟਾਂ ਵਾਲੀਆਂ ਸੜਕਾਂ ਅਕਾਲੀ ਦਲ ਸਰਕਾਰ ਨੇ ਬਣਾਈਆਂ ਇੱਟਾਂ ਜਿਹੜੀਆਂ ਉਹਨਾਂ ਦੇ ਵੇਲੇ ਦੀਆਂ ਲੱਗੀਆਂ ਉਹਨਾਂ ਦੇ ਵੇਲੇ ਦੀਆਂ ਲੱਗੀਆਂ ਇਸ ਬੰਨੇ ਨੂੰ ਵੀ ਰਸਤੇ ਨੂੰ ਉਹਨਾਂ ਦੇ ਵੇਲੇ ਦੀਆਂ ਲੱਗੀਆਂ ਇੱਕ ਮੱਖੀ ਨੂੰ ਰਸਤਾ ਜਾਂਦਾ ਉਧਰ ਵੀ ਉਹਨਾਂ ਦੇ ਲੱਗਿਆ ਕੋਈ ਪਿੰਡ ਹੈ ਹੀ ਨਹੀਂ ਜਿੱਥੇ ਅਕਾਲੀ ਦਲ ਸਰਕਾਰ ਨੇ ਆਉਣ ਜਾਣ ਵਾਲੇ ਰਸਤੇ ਤੇ ਇੱਟ ਨਾ ਲਾਈ ਕਾਂਗਰਸ ਵੇਲੇ ਲੋਕ ਟਾਇਲ ਬਹੁਤ ਪਿੰਡਾਂ ਵਿੱਚ ਲੱਗੀ ਆ ਤੁਹਾਡਾ ਸੀ ਪਿੰਡ ਵੇਖ ਕੇ ਆਏ ਆ ਮਤਲਬ ਇਦਾਂ ਲੱਗਦਾ ਵੀ ਜਿਵੇਂ ਪਾਕਿਸਤਾਨ ਵਾਲੇ ਪਾਸੇ ਬੈਕਗ੍ਰਾਉਂਡ ਪਿੰਡਾਂ ਦੇ ਵਿੱਚ ਆ ਗਏ ਸੀ ਸਾਡੇ ਵੀ ਉਦਾਂ ਦੇ ਵੇਹੇ ਲੱਗੀ ਆ ਕਾਂਗਰਸ ਦੇ ਮੇਰੇ ਗੁਰਦੁਆਰਾ ਆਪਣੇ ਗੇਟ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਲੱਗੀ ਆ ਫੇ ਇਧਰ ਲਈ ਸਾਈਡ ਲੱਗੀ ਆ ਜਾਨੀ ਇੱਕ ਸਾਈਡ ਪਿੰਡ ਦੀ ਰਹਿੰਦੀ ਆ ਚਾਹ ਪਿਛਲਾ ਪਿੰਡ ਵੀ ਤਾਂ ਛੋਟਾ ਜਿਹਾ ਹੀ ਆ ਹਾਂਜੀ ਬਾਲਾ ਵੱਡਾ ਪਿੰਡ ਹੈ ਨਹੀਂ ਸਾਡੇ ਪਿੰਡ ਨੂੰ ਜੀ ਕੋਈ ਆਪ ਨੂੰ ਆਮਦਨ ਹੈ ਨਹੀਂ ਪੰਚਾਇਤੀ ਪੈਲੀ ਹੈ ਨਹੀਂ ਅੱਛਾ ਇਹ ਤਾਂ ਜੇ ਸਰਕਾਰ ਕੁਝ ਦੇ ਦੇਵੇ ਤੇ ਪਿੰਡ 'ਚ ਕੰਮ ਹੁੰਦਾ ਨਹੀਂ ਤਾਂ ਨਹੀਂ ਹੁੰਦਾ ਤੁਸੀਂ ਗੱਲ ਕਰਦੇ ਸੀ ਡਾਂਗਾਂ ਦੀ ਵੀ ਇਹ ਪਿੰਡ ਦੇ ਇਹ ਸਰਕਾਰ ਡਾਂਗਾਂ ਭਰਾਉਂਦੀ ਹੈ ਹਨਾ
ਜਿਵੇਂ ITT ਵਾਲੇ ਅਧਿਆਪਕ ਹੈ, ਜੇ ਅਕਾਲੀ ਸਰਕਾਰ ਸੀ ਉਹਨਾਂ ਦੇ ਵੇਲੇ ਵੀ ਉਹ ਡਾਂਗਾ ਖਾਂਦੇ ਰਹੇ, ਜੇ ਹੁਣ ਕਾਂਗਰਸ ਸੀ ਉਹਨਾਂ ਦੇ ਵੇਲੇ ਵੀ ਖਾਂਦੇ ਰਹੇ ਆ, ਅੱਜ ਆਮ ਵਾਲੇ ਆ ਤਾਂ ਵੀ ਖਾ ਰਹੇ ਆ। ਡਾਂਗਾ ਝਿੜਕਣਾ ਤੇ ਚਲੋ ਸਰਕਾਰ ਦਾ ਫਰਜ਼ ਹੁੰਦਾ, ਪਰ ਝਿੜਕਣ ਝਿੜਕਣ ਦਾ ਤਰੀਕਾ ਵੀ ਹੋਵੇ, ਇਹਨਾਂ ਦਾ ਕੋਹ ਜ਼ਿਆਦਾ ਵਾ। ਠੀਕ, ਉਹ ਵਿਧਾਨ ਸਭਾ ਚੱਲੀ ਸੀਗੀ, ਤੁਸੀਂ ਵੀ ਦੇਖੀ ਹੋਊਗੀ, ਵਿਧਾਨ ਸਭਾ ਦੇ ਵਿੱਚ ਬਹਿਸ ਬਸਈਆ ਹੋਇਆ ਹਨਾ। ਹਾਂਜੀ, ਉਹਦੇ ਸੰਬੰਧ ਵਿੱਚ ਕੁਛ ਕਹਿਣਾ ਚਾਹੁੰਦੇ ਹੋ? ਵਿਧਾਨ ਸਭਾ ਦੇ ਵਿੱਚ ਤੇ ਵੇਖੋ ਜੀ, ਸ਼ਾਂਤਮਈ ਵਿਚਾਰ ਰੱਖਣੇ ਚਾਹੀਦੇ। ਜਦੋਂ ਹੁਣ CM ਸਾਹਿਬ ਬੋਲਦੇ ਆ, ਪਹਿਲਾਂ ਤੋਂ ਬੋਲਦੇ ਜੀ ਏਦਾਂ ਵਾਵੇ ਗੁੱਸੇ ਚ ਜਿੱਦਾਂ ਹੁੰਦੇ। CM ਸਾਹਿਬ ਦੀ ਵਿਧਾਨ ਸਭਾ ਦੀ ਰਿਕਾਰਡਿੰਗਾਂ ਤਾਂ ਹੈਗੀਆਂ ਹੀ ਆ, ਉਹ ਕੱਢ ਕੇ ਜਨਤਾ ਵੇਖ ਲਵੇ ਤੇ ਬਾਦਲ ਸਾਹਿਬ ਦੀ ਵੇਖ ਲਵੇ, ਆਪੇ ਪਤਾ ਲੱਗ ਜੂ ਕਿਹੜਾ ਸ਼ਾਂਤਮਈ ਚਲਾਉਂਦਾ। ਤੁਹਾਡੇ ਇਲਾਕੇ ਦੇ ਵਿੱਚ ਘਵਾੜ ਸਾਹਿਬ ਜੀ ਸਿੰਘ ਘਵਾੜ ਸੀਗੇ, ਹਾਂਜੀ, ਤਕਰੀਬਨ ਕਹਿੰਦੇ ਵੀ 15-25 ਵਾਰ ਬਣੇ ਕੇ 15-25 ਸਾਲ ਉਹਨਾਂ ਨੇ ਕੀਤੀ ਹਨਾ, ਰਾਜ ਕੀਤਾ ਹਿਸਾਬ ਨਾਲ ਕਹਿ ਸਕਦੇ ਨਾ। ਹਾਂਜੀ, ਮਤਲਬ ਕਿੱਦਾਂ ਉਹਨਾਂ ਦਾ ਕਿੰਨਾ ਕੁ ਸੁਧਾਰ ਮੰਨਦੇ? ਘਵਾੜ ਸਾਹਿਬ ਜਿਹੜੇ ਸੀ ਜੀ, ਉਹ ਦੁੱਖ ਦੇ ਸੁੱਖ ਦੇ ਉਹਨਾਂ ਨੂੰ ਪਤਾ ਲੱਗ ਜਾਏ ਵੀ ਫਲਾਨੇ ਪਿੰਡ ਚ ਅਫਸੋਸ ਹੋਇਆ, ਪਰਿਵਾਰ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ, ਅੱਛਾ, ਉਹਦੇ ਮਹਿਸੂਸ ਕਰਨ ਚੱਲ ਜਾਂਦੇ, ਭਾਵੇਂ ਉਹ ਕਾਂਗਰਸੀ ਹੋਵੇ, ਭਾਵੇਂ ਉਹ ਅਕਾਲੀ ਹੋਵੇ, ਭਾਵੇਂ ਦੀ ਝਾੜੂ ਵਾਲਾ ਹੋਵੇ, ਭਾਵੇਂ ਦੀ ਕੋਈ ਹੋਵੇ। ਅੱਛਾ, ਤਕਰੀਬਨ ਮੈਂ ਆਪਦੇ ਪਿੰਡ ਚ, ਚਲੋ ਪਾਰਟੀਆਂ ਤਾਂ ਸਾਰੇ ਪਿੰਡਾਂ ਦੇ ਵਿੱਚ ਸਾਰੀਆਂ ਹੀ, ਬਿਲਕੁਲ ਬਿਲਕੁਲ, ਚਾਹੇ ਕਾਂਗਰਸ ਦੇ ਹੋਵੇ ਚਾਹੇ ਆਮ ਦੇ ਹੋਵੇ, ਉਹਨਾਂ ਨੂੰ ਦੱਸ ਦਵਾਂ, ਉਹਨਾਂ ਨੇ ਮਹਿਸੂਸ ਕਰਨ ਜ਼ਰੂਰ ਹੋਣਾ, ਜਿੱਤਦੇ ਵੀ ਤਾਂ ਹੀ ਸੀ। ਅੱਛਾ, ਫੇ ਉਹਨਾਂ ਦੀ ਇੱਕ ਇਹ ਵੇਖਿਆ ਵੀ ਉਹਨਾਂ ਨੇ ਸਵੇਰ ਨੂੰ ਆਪਦਾ ਨਿਤਨੇਮ ਕਰਕੇ 4 ਵਜੇ ਕੁਰਸੀ ਡਾਹ ਕੇ ਬਹਿ ਜਾਣਾ। ਅੱਛਾ, ਕੋਈ 4:30 ਚੱਲ ਜਾਏ, ਕੋਈ 4:45 ਚੱਲ ਜਾਏ, ਜਾਂਦਿਆਂ ਨੂੰ ਬੈਠੇ ਹੁੰਦੇ ਸੀ ਕੁਰਸੀ ਤੇ, ਚਾਹੇ ਕੋਈ ਕੋਲ ਬੈਠਾ ਤੇ ਚਾਹੇ ਨਹੀਂ ਬੈਠਾ, ਡੀਕਦੇ। ਵਾਹ ਵਾਹ, ਅੱਛਾ, ਇਹ ਉਹਨਾਂ ਦੀ ਸਿਹਤ। ਤੁਸੀਂ ਨੇੜੇ ਆ ਥੋੜਾ ਜਿਹਾ, ਤੁਹਾਨੂੰ ਤਾਂ ਫਿਰ ਜ਼ਿਆਦਾ ਪਤਾ ਹੈ ਨਾ, ਹਾਂਜੀ, ਜਾਂਦੇ ਆਉਂਦੇ ਹੋਵੋਗੇ ਤੁਸੀਂ, ਬਹੁਤ ਜਾਂਦੇ ਹੋਵੋਗੇ। ਮੈਂ ਤੜਕੇ ਸੁਬਾਹ ਅੰਮ੍ਰਿਤ ਵੇਲੇ ਉੱਠ ਕੇ, ਵੈਸੇ ਕਾਫੀ ਬੰਦੇ ਕਹਿੰਦੇ ਆ ਵੀ ਚਾਹ ਪਾਣੀ ਬਣਿਆ ਹੋਣਾ, ਜਿਹੜਾ ਬੰਦਾ ਜਾਣਾ ਉਹਦੇ ਵਾਸਤੇ ਚਾਹ ਪਾਣੀ, ਬਿਲਕੁਲ, ਪਹਿਲਾਂ ਕਹਿਣਾ ਚਾਹ ਪੀਓ ਫੇਰ ਕੰਮ ਦੱਸਿਓ। ਫੇਰ ਉਹਨੂੰ ਤਕਰੀਬਨ ਹਰ ਇੱਕ ਪਿੰਡ ਦੇ ਵਿੱਚ ਉਹਦੇ ਤਜਰਬਾ ਇੰਨਾ ਸੀ ਵੀ ਤਕਰੀਬਨ ਜਿੰਨੇ ਵੀ ਵਰਕਰ ਸੀਗੇ ਨਾਲ ਚਾਹੇ ਵੋਟਰ ਸੀ, ਸਾਰਿਆਂ ਦੇ ਨਾਵਾਂ ਦਾ ਉਹਨੂੰ ਚੇਤੇ ਸੀ। ਅੱਛਾ, ਆਵਾਜ਼ ਮਾਰ, ਨਾਂ ਲੈ ਕੇ ਆਵਾਜ਼ ਮਾਰਦੇ ਸੀ ਵੀ ਤੁਸੀਂ ਆ ਜਾਓ ਪਹਿਲਾਂ। ਅੱਛਾ, ਹੁਣ ਉਹਦੇ ਪੋਤਰਾ ਜੀ ਨੇ ਬਚਿੱਤਰ ਸਿੰਘ ਹਨਾ, ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ, ਕਿੱਦਾਂ ਦੇ ਨੌਜਵਾਨ ਨੇ? ਬਚਿੱਤਰ ਸਿੰਘ ਜਿਹੜੇ ਨੇ ਇਹ ਵੀ ਬਹੁਤ ਵਧੀਆ ਇਨਸਾਨ, ਇੱਕ ਤਾਂ ਪੜ੍ਹੇ ਲਿਖੇ ਆ, ਦੂਜਾ ਉੱਦਾਂ ਵੀ ਬੇਦਾਗ ਆ ਪਰਿਵਾਰ ਜੀ, ਨਹੀਂ ਤੇ ਲੀਡਰਾਂ ਦੇ ਪੋਤੇ ਵੇਖ ਲਓ ਤੁਸੀਂ, ਸਹੀ ਆ, ਵਿਗੜੇ ਹੁੰਦੇ ਤਕਰੀਬਨ, ਮੁੰਡੇ ਵੇਖ ਲਓ, ਇਹ ਗੱਲ ਕੋਈ ਨਾ ਕੋਈ ਦਾਗ ਹੋਊਗਾ। ਸਹੀ ਆ, ਇਹ ਪਰਿਵਾਰ ਇਸ ਵੇਲੇ ਅੱਜ ਦੀ ਤਰੀਕ ਤੱਕ ਬੇਦਾਗ ਪਰਿਵਾਰ। ਤੇ ਬੋਲਣ ਦੀ ਤਮੀਜ਼, ਹਾਂਜੀ, ਬੋਲਣ ਦਾ ਲਿਹਾਜ਼ਾ, ਬੋਲਣ ਦੀ ਤਮੀਜ਼, ਹਨਾ, ਤੁਹਾਡੀ ਗੱਲ ਬਿਲਕੁਲ ਜਾਇਜ਼ ਆ ਕਿ ਜਿਵੇਂ ਲੀਡਰਾਂ ਦੇ ਜਿਹੜੇ ਮੁੰਡੇ ਹੁੰਦੇ ਆ ਗਾਂਧੀ ਗਾਂ, ਕਿਉਂਕਿ ਮਾਇਆ ਖੁੱਲੀ ਹੁੰਦੀ ਆ, ਵਿਗੜ ਜਾਂਦੇ ਆ ਹਨਾ, ਤੇ ਜਿਹੜੇ ਸਰੋਤੇ ਨੇ ਤੁਹਾਡੇ ਆਪਣੇ, ਤੁਹਾਨੂੰ ਚਾਹੁਣ ਵਾਲੇ ਆ, ਅਕਾਲੀ ਦਲ ਨੂੰ ਚਾਹੁਣ ਵਾਲੇ, ਜਾਂ ਇਹ ਇਲਾਕੇ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਤੁਸੀਂ ਤਾਂ ਕਾਫੀ ਸਮਾਂ ਬੀਤ ਰਹੇ ਉਹਨਾਂ ਦੇ ਨਾਲ, ਅਕਾਲੀ ਸਰਕਾਰ ਦੇ ਨਾਲ। ਵੇਖੋ ਜੀ, ਸਰੋਤੇ ਹੱਲੇ ਵੀ ਘਵਾੜ ਪਰਿਵਾਰ ਨਾਲ ਪਿਆਰ ਕਰਦੇ ਆ, ਪਰ ਕਈਆਂ ਦੀਆਂ ਮਜਬੂਰੀਆਂ ਹੋ ਜਾਂਦੀਆਂ, ਹੁਣ ਸਰਕਾਰਾਂ ਦੇ ਵਿੱਚ ਉਹ ਰਿਹਾ ਨਹੀਂ ਕੰਮ, ਕਈ ਤਾਂ ਡਰਦੇ ਮਾਰੇ ਦੂਜੇ ਬੰਨੇ ਚੱਲ ਜਾਂਦੇ ਆ। ਅੱਛਾ, ਵੀ ਜੇ ਉਹ ਫੋਨ ਉਧਰੋਂ ਆ ਗਿਆ ਵੀ ਜੇ ਇਧਰ ਵੋਟ ਨਾ ਪਈ ਤੈਨੂੰ ਐ ਕਰ ਦੂ ਜੋ ਕਰ ਦੂ, ਕਰਨਾ ਇਹਨਾਂ ਨੇ ਕੁਛ ਨੀ, ਕਰ ਕੀ ਲੈਣਾ ਹੁੰਦਾ, ਠੀਕ ਨੀ, ਤੇ ਸਮਾਂ ਕੋਈ ਨੀ, ਹੁਣ ਆ ਜਾਣਾ ਘਵਾੜ ਸਾਹਿਬ ਦਾ, ਸਤਿਗੁਰ ਕਿਰਪਾ ਕਰਨਗੇ। ਤੁਹਾਡੀ ਜਿਹੜੀ 40,000 ਤੇ ਵੋਟ ਅੱਜ ਵੀ ਪੱਕੀ ਆ, ਹਾਂਜੀ, ਅਕਾਲੀ ਸਰਕਾਰ ਦੀ ਹਨਾ ਜੀ,
डर तो उस बंदे नूं हुंदा जिन्हें कोई दो नंबर का बिजनेस करना होगा। हाँ जी है ना, जिहड़ा बंदा तुसीं ये वाही खेती वाले तुहानूं कहदा डर? सानूं किसे दा डर? बाकी जी सरकारां नूं भी चाहीदा वा। हुण मान लो आम आदमी पार्टी वाले कहिंदे आ वी साडी सरकार बेदाग आ, गए तो कोई कालिया चो चले गया, कोई कांकरा चो चले गया, जो इना चो चले इना को चल जाता उदो दुध धोता, जो दूजिया को उदो खराब आ। बंदा तो उही आ, बंदा उही है, बिलकुल। की कहना चाहते हो तुसी इस सरकार बारे, ते जिहड़ी पुरातन सरकार सी, पुरानियां सरकारां जिन्हां नूं आपां विरासती सरकारां भी कह दिंदे आ, तुसी ते बहुत निक्के हुंदे दसदे तुसी ते मेरी वोट वाली बणी जदों मैं जुड़िया होया, तुसी बहुत कुछ वेख्या उस सरकार बारे। हुण वेख लो जी, भी अकाली दल नूं बदनाम कीता भी चिट्टा नहीं बंद हुंदा। कैप्टन साहब ने भी गुटका साहब फट के सहु खाधी सी, भगवंत मान ने भी खाधी। हुण ते फोनां दे उत्ते दसदे आ भी साडे पिंड चिट्टा वेखदा वा, ते इत्थे पुलिस फड़न नहीं आउंदी, कई वीडियो वेखियां। पहला तो चलो बदनाम करदी सी मजीठिए नूं, मजीठिए ने चिट्टा लियांदा। जे मजीठिए ने चिट्टा लियांदा होवे तो मजीठिया आपदे हलके चो जित्ते क्यों? ओह तां नवजोत सिद्धू नूं हराउण दा करके उहदे इलाके चो उहने इलैक्शन लड़ी, उत्थों आपदे घर वाली खड़ी करती, ते उहनां ने मजीठे वालिआं ने उहनूं वी जिताता। ठीक नहीं, ਹੁਣ ਚਿੱਟਾ ਕੌਣ ਲਿਆਉਂਦਾ ਬਈ? ਕਾਂਗਰਸ ਦੀ ਸਰਕਾਰ ਵੇਲੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਹੁਣ ਚਿੱਟਾ ਉਦੋਂ ਵੱਧਦਾ, ਹੁਣ ਵੀ ਹੈਗਾ ਹੀ ਆ। ਹੁਣ ਕੌਣ ਲਿਆਉਂਦਾ? ਹੁਣ ਨੀ ਕੋਈ ਕਹਿੰਦਾ ਵੀ ਫਲਾਨਾ ਮੰਤਰੀ ਲਿਆਉਂਦਾ। ਚਿੱਟਾ ਤੇ ਭਾਜੀ ਇਕੱਲਾ ਪੰਜਾਬ ਚ ਹੀ ਨਹੀਂ, ਇਕੱਲਾ ਭਾਰਤ ਚ ਹੀ ਨਹੀਂ, ਚਿੱਟਾ ਤੇ ਫੋਰਨ ਕੰਟਰੀਆਂ ਚ ਵੀ ਲੋਕ ਬਾਹਰੋਂ ਆਉਂਦੇ ਦੱਸਦੇ ਆ ਨਾ ਲੋਕ, ਹੈ ਨਾ, ਸ਼ਾਇਦ ਤੁਹਾਡਾ ਵੀ ਕੋਈ ਰਿਸ਼ਤੇਦਾਰ ਸਾਧ ਸੰਬੰਧੀ ਗਿਆ ਹੋਵੇ, ਹੈ ਨਾ, ਇਹ ਦੱਸਦੇ ਬਾਹਰ ਵੀ ਇੱਦਾਂ ਹੀ ਆ, ਬਾਹਰ ਕਿਹੜਾ ਮਜੀਠੀਆ। ਵੇਖੋ ਜੀ, ਇਹ ਤੇ ਜਿੰਨਾ ਚ ਰੱਖੀ ਵੇਖੇ ਨਾ ਤੇ ਕੰਨੀ ਸੁਣੇ ਨਾ, ਕਿਸੇ ਤੇ ਇਲਜ਼ਾਮ ਨੀ ਲਾਉਣਾ ਚਾਹੀਦਾ। ਅਸੀਂ ਹੁਣ ਤੁਹਾਨੂੰ ਦੱਸਦੇ ਆ ਵੀ ਕੰਨੀ ਸੁਣੀ ਤੇ ਅੱਖੀ ਵੇਖਿਆ ਦੀ ਗੱਲ ਦੱਸਦੇ ਆ। ਪਿਛਲੀ ਵਾਰੀ ਸਰਕਾਰ ਸੀ ਆਪਣੇ ਧਰਨਾ ਲੱਗਾ ਸੀ ਜਦੋਂ 19 ਚ, ਮੇਰੇ ਖਿਆਲ ਚ ਲੱਗਾ ਸੀ ਜਿਹੜਾ ਪਿੱਛੇ ਦਿੱਲੀ ਮੋਰਚਾ ਜਿੱਤੇ ਆ, ਕਿਸਾਨੀ ਮੋਰਚਾ। ਕਿਸਾਨੀ ਮੋਰਚਾ ਅਸੀਂ ਵੀ ਪਿੰਡ ਮੱਖੀ ਤੋਂ ਆ, ਮੇਰਾ ਰਿਸ਼ਤੇਦਾਰ, ਉਹ ਕਹਿੰਦਾ ਟਰਾਲੀ ਲਿਜਾਣੀ ਚਾਚਾ ਨਾਲ ਚੱਲੀ, ਅਸੀਂ ਵੀ ਚਲੇ ਗਏ। ਸਾਡੇ ਜਾਂਦਿਆਂ ਨੂੰ ਇੱਕ ਰਸਤੇ ਦੇ ਵਿੱਚ ਜਿਪਸੀ ਉਹ ਗੈਸ ਭਰਾਉਣ ਲੱਗੀ ਗੱਡੀ, ਤੇ ਉਹਦੇ ਵਿੱਚ ਟਕਰਾ ਗਈ, ਤੇ ਜਿਪਸੀ ਵਾਲਿਆਂ ਦੇ ਸੱਟਾਂ ਲੱਗੀਆਂ। ਅਸੀਂ ਉਹ ਝੰਡੀ ਵੇਖ ਕੇ ਉਹਨਾਂ ਦੀ ਗੱਡੀ ਦੀ ਮੂਹਰੇ ਗੱਡੀ ਰੋਕ ਲਈ। ਜਦੋਂ ਗੱਡੀ ਰੋਕ ਲਈ ਤੇ ਉਹ ਇੱਕ ਦੀ ਬਾਂਹ ਟੁੱਟੀ, ਇੱਕ ਦੇ ਸਿਰ ਚੋਂ ਖੂਨ ਆਵੇ, ਉਹਨਾਂ ਨੂੰ ਕੋਈ ਚੱਕੇ ਨਾ, ਤੇ ਉਹ ਕਹਿੰਦੇ ਸਾਨੂੰ ਗੱਡੀ ਕਰ ਦਿਓ, ਅਸੀਂ ਪਿੰਡ ਨੂੰ ਵਾਪਸ ਚੱਲ ਜਾਣਾ। ਹੁਣ ਅਸੀਂ ਕਿਹਾ ਵੀ ਗੱਡੀ ਇੱਥੋਂ ਕਿੱਥੇ ਕਰਨੀ ਆ, ਵੀ ਸਾਡੇ ਕੋਲ ਟਰਾਲੀ 'ਚ ਥਾਂ ਹੈਗਾ, ਅਸੀਂ ਥੋੜੇ ਥੋੜੇ ਗਾਂਹ ਨੂੰ ਹੋ ਜਾਂਦੇ ਹਾਂ। ਉਹਨਾਂ ਨੂੰ ਅਸੀਂ ਪੰਜਾਂ ਜਾਣਿਆਂ ਨੂੰ ਟਰਾਲੀ 'ਚ ਬਾਹ ਲਿਆ। ਅੱਛਾ ਜੀ, ਇੱਦਾਂ ਹੀ ਗੱਲਾਂ ਚੱਲ ਪਈਆਂ। ਕਹਿੰਦੇ ਅਸੀਂ ਮਜੀਠੀਏ ਦੇ ਹਲਕੇ 'ਚੋਂ, ਇੱਕ ਸਰਪੰਚ ਸੀ ਉਹ ਮੇਰੇ ਖਿਆਲ ਗਾਉਂਦਾ ਵੀ ਆ, ਮੈਨੂੰ ਨਾਂ ਉਹਦਾ ਵਿਸਰ ਗਿਆ, ਫੋਨ ਦੇ ਉੱਤੇ ਕਈ ਵਾਰੀ ਸੁਣਿਆ ਵੀ ਆ। ਗੱਲਾਂ ਚੱਲ ਪਈਆਂ ਤੇ ਚਲੋ ਅਸੀਂ ਉਹਨਾਂ ਦੇ ਲੰਗਰ ਦੇ ਵਿੱਚ ਉਹਨਾਂ ਨੂੰ ਪਹੁੰਚਾ ਦਿੱਤਾ ਉੱਥੇ। ਵੇਖੋ ਇੰਨੀ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਐਕਸੀਡੈਂਟ ਵਾਲੇ ਆਏ ਆ, ਕੋਈ ਕਿਸੇ ਜਥੇਬੰਦੀ ਦਾ ਆ ਗਿਆ, ਕੋਈ ਕਿਸੇ ਦਾ ਆ ਗਿਆ, ਉਹ ਕਹਿਣ ਅਸੀਂ ਆਪਦੇ ਹਸਪਤਾਲ ਚਲ ਜਾਣਾ ਇਲਾਜ ਕਰਨ ਵਾਸਤੇ। ਅੱਛਾ, ਉਹ ਕਹਿਣ ਅਸੀਂ ਆਪਦੇ ਚਲ ਜਾਣਾ, ਅਸੀਂ ਪਹਿਲਾਂ ਆਏ ਆ। ਅੱਛਾ, ਫੇਰ ਉਹਨਾਂ ਨੇ ਚਲੋ ਉਹਨਾਂ ਨੂੰ ਕਿਹਾ ਵੀ ਇੱਕ ਨੂੰ ਤੁਸੀਂ ਲੈ ਜਾਓ, ਦੂਜੇ ਨੂੰ ਤੁਸੀਂ ਲੈ ਜਾਓ। ਇੰਨਾ ਸੰਘਰਸ਼ ਕਿਸਾਨੀ ਮੋਰਚੇ ਦੇ ਵਿੱਚ ਪਿਆਰ ਸੀ। ਸਹੀ ਗੱਲ, ਚਲੋ ਅਸੀਂ ਦੂਏ ਤੀਏ ਦਿਨ ਚੌਥੇ ਕੁ ਦਿਨ ਅਸੀਂ ਕਿਹਾ ਵੀ ਪਤਾ ਲੈ ਕੇ ਆਈ, ਉਹ ਸਰਪੰਚ ਸਾਹਿਬ ਨੂੰ ਮਿਲੇ ਤੇ ਅਸੀਂ ਕਿਹਾ ਵੀ ਕਿੱਦਾਂ? ਕਹਿੰਦੇ ਠੀਕ ਆ। ਅਸੀਂ ਕਿਹਾ ਵੀ ਕਿੱਦਾਂ ਆਪਣੇ ਸਿੰਘ ਸੀ? ਠੀਕ ਆ। ਕਹਿੰਦੇ ਵੀ ਠੀਕ ਆ ਬਿਲਕੁਲ। ਤੇ ਅਸੀਂ ਉਹਨਾਂ ਦਾ ਸੁਭਾਅ ਕੀ ਗੱਲ ਕਰ ਲਈ, ਅਸੀਂ ਕਿਹਾ ਵੀ ਜਿੱਦਾਂ ਹੁਣ ਮੰਨ ਲਓ ਖਰਚਾ ਵਰਚਾ ਗੱਡੀ ਗੁੱਡੀ ਟੁੱਟੀ ਆ, ਵੀ ਇਹ ਕਿਸਾਨ ਜਥੇਬੰਦੀ ਤੁਹਾਨੂੰ ਬਣਾ ਕੇ ਦਊ, ਕਿੱਦਾਂ ਆਪ ਬਣਾਉਂਗੇ?
ਉਹ ਕਹਿੰਦੇ ਸਾਨੂੰ ਜਦੋਂ ਮਜੀਠੀਏ ਸਾਹਿਬ ਨੂੰ ਪਤਾ ਲੱਗਾ ਵੀ ਸਾਡਾ ਐਕਸੀਡੈਂਟ ਹੋ ਗਿਆ ਨਾ, ਉਹਨੇ ਫੋਨ ਕਰਕੇ ਸੱਦਿਆ। ਅੱਛਾ। ਤੇ 3 ਲੱਖ ਦਾ ਚੈੱਕ ਕਹਿੰਦੇ ਆਪਦੇ ਖਾਤੇ ਚੋਂ ਸਾਨੂੰ ਕੱਟ ਕੇ ਦੇ ਦਿੱਤਾ। ਅੱਛਾ। ਵੀ ਗੱਡੀ ਵੀ ਬਣਾਓ, ਇਲਾਜ ਵੀ ਕਰਾਓ, ਹੋਰ ਵੀ ਦੱਸੋ ਕਿੰਨੇ ਚਾਹੀਦੇ। ਵਾਹ। ਕਹਿੰਦੇ ਉਹ ਤਾਂ ਸਾਡੇ ਏਰੀਏ ਚ ਜਿੱਤਦਾ। ਵੱਡੀ ਗੱਲ ਆ ਇਹ, ਉਹਨਾਂ ਦੇ ਜ਼ਬਾਨੀ ਦੱਸਣ ਕੰਨੀ ਸਾਡੇ ਸੁਣਿਆ ਦੀ ਗੱਲ ਆ। ਵੱਡੀ ਗੱਲ ਹੈ ਕਿ ਨਹੀਂ ਤੇ ਕਿਹੜਾ ਕਰਦਾ ਅਗਲਾ, ਕਿਹੜਾ ਕਰਦਾ, ਐਕਸੀਡੈਂਟ ਵਗੈਰਾ ਤੇ ਹੁੰਦੇ ਹੀ ਰਹਿੰਦੇ ਰਹਿੰਦੇ ਇਲਾਕੇ ਦੇ ਵਿੱਚ। ਹਾਂਜੀ। ਇਸ ਕਰਕੇ ਵੀ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਮਹਾਰਾਜ ਦੀ ਬਾਣੀ ਚ ਵੀ ਲਿਖਿਆ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਅਮਨਤ ਨਾਨਕ ਤਾਰੇ ਸੋਏ। ਤੇ ਸਰਕਾਰਾਂ ਆਉਂਦੀਆਂ ਰਹਿਣੀਆਂ ਜਾਂਦੀਆਂ ਰਹਿਣੀਆਂ ਵਾ। ਇਹ ਤੇ ਜਿੱਥੇ ਕੋਈ ਜਿਹੜੀ ਪਾਰਟੀ ਨਾਲ ਜੁੜਿਆ ਨਾ, ਉੱਥੇ ਜੁੜਿਆ ਹੀ ਰਹੇ, ਜੁੜਿਆ ਰਹੇ। ਜਿਹੜੇ ਜਿਹੜੇ ਦਲ ਬਦਲਾਊ ਅੱਜ ਇੱਥੇ ਆ, ਭਲਕੇ ਕਾਂਗਰਸ ਵਿੱਚ ਆ, ਕਦੀ ਆਮ ਪਾਰਟੀ ਵਿੱਚ ਚਲੇ ਜਾਂਦੇ ਆ, ਜੇ ਅਕਾਲੀ ਆ ਗਏ ਨਾ ਅਕਾਲੀਆਂ ਚ ਵੀ ਆਏ ਨਾ, ਹਾਂਜੀ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਇਹੋ ਜਿਹੇ ਲੋਕ? ਇਹ ਤੇ ਲੀਡਰਾਂ ਨੂੰ ਚਾਹੀਦਾ ਵੀ ਜੇ ਅੱਜ ਉਹਨੂੰ ਛੱਡ ਕੇ ਉਹ ਮੇਰੇ ਨਾਲ ਆਇਆ ਤਾਂ ਕੱਲ ਨੂੰ ਇਹਨੇ ਮਰਨਾ ਕਿਹੜਾ ਰਹਿਣਾ, ਮੈਨੂੰ ਛੱਡ ਕੇ ਜਦੋਂ ਗਾਂ ਦੂਜਾ ਆਇਆ ਦੂਜੇ ਕੋਲ ਚਲ ਜਾਣਾ। ਉਹ ਤਾਂ ਆਪਦੇ ਮਤਬਲ ਨੂੰ ਲੋੜ ਨੂੰ ਆਇਆ ਜੀ, ਲੋੜ ਨੂੰ, ਸਿਰਫ ਆਪਣੇ ਆਪਣੇ ਮਤਲਬ ਤੱਕ ਹੀ ਸੀਮਿਤ ਆ, ਜਦੋਂ ਮਤਲਬ ਨਿਕਲ ਗਿਆ ਦੂਜੇ ਦੂਜੇ ਤੇ। ਬਹੁਤ ਵਧੀਆ ਜੀ, ਇਹ ਸਨ ਸਰਦਾਰ ਸੁਖਵਿੰਦਰ ਸਿੰਘ ਜੀ ਜਥੇਦਾਰ, ਜਿਨ੍ਹਾਂ ਨੇ ਲੰਮਾ ਸਮਾਂ ਜਿਹੜਾ ਅਕਾਲੀ ਦਲ ਦੇ ਵਿੱਚ ਗੁਜ਼ਾਰਿਆ। ਸੋ ਸਰਕਾਰਾਂ, ਇਹਨਾਂ ਦਾ ਭਾਵ ਕਿ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ, ਕੋਈ ਇਹਨਾਂ ਨੇ ਕੰਮ ਚੱਜ ਦਾ ਨਹੀਂ ਕੀਤਾ ਲੋਕਾਂ ਨੇ, ਇਹਨਾਂ ਨੂੰ ਵੀ ਬਦਲ ਦੇਣਾ, ਕੋਈ ਹੋਰ ਸਰਕਾਰ ਲੈ ਆਉਣਗੇ, ਕਿਸੇ ਨੂੰ ਵੀ ਲਿਆ ਸਕਦੇ, ਲੋਕਾਂ ਦਾ ਰੌਂ ਲੋਕਾਂ ਦੀ ਰੁਚੀ ਆ। ਔਰ ਕਾਂਗਰਸ ਵੀ ਆ ਸਕਦੀ ਆ, ਅਕਾਲੀ ਦਲ ਵੀ ਆ ਸਕਦੇ ਨੇ, ਅਕਾਲੀ ਦਲ ਦਾ ਵੀ ਅੱਜ ਬੋਲਬਾਲਾ ਜਿਹੜਾ ਹੋ ਰਿਹਾ, ਲੋਕ ਧੜਾ ਧੜ ਜੁੜ ਰਹੇ ਨੇ, ਕਿਉਂਕਿ ਸਰਕਾਰ ਚਲਾਉਂਦੇ ਸਮੇਂ ਕਈ ਵਾਰੀ ਮਿਸਟੇਕਾਂ ਬੰਦੇ ਕੋਲ ਬਹੁਤ ਹੋ ਜਾਂਦੀਆਂ ਨੇ, ਪਰ ਲੋਕ ਹੀ ਦੱਸਦੇ ਆ ਵੀ ਤੁਹਾਡੇ ਵਿੱਚ ਆਹ ਕਮੀ ਆ, ਤੁਹਾਡੇ ਵਿੱਚ ਆਹ ਘਾਟ ਆ, ਅਤੇ ਬੰਦਾ ਉਹਨੂੰ ਪੂਰੀ ਕਰਨ ਦਾ ਯਤਨ ਕਰਦਾ। ਤੁਸੀਂ ਕਿਰਪਾ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਭੁੱਲੋ। ਤੁਸੀਂ ਦੇਖ ਰਹੇ ਹੋ ਦੀਪਦਾ ਮਟੀਰੀਅਲ ਚੈਨਲ, 10 ਵਜੇ ਜਗਨਦੀਪ ਸਿੰਘ ਕੈਮਰਾਮੈਨ, ਸੁਖਮਨਦੀਪ ਸਿੰਘ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।